ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਕਿਸਾਨ ਐਜੀਟੇਸ਼ਨ ਨੂੰ ਲੈ ਕੇ ਇੱਕ ਬਹੁਤ ਅਹਿਮ ਸੁਝਾਅ ਕਹੋ ਇੱਕ ਹੱਲ ਕਹੋ ਉਹਦੇ ਬਾਰੇ ਚਰਚਾ ਕਰਨਾ ਚਾਹੁੰਦਾ ਸਾਰੀ ਦੁਨੀਆ ਦੇ ਵਿੱਚ ਇੱਕ ਬੜਾ ਪ੍ਰਚਲਿਤ ਸਿਸਟਮ ਹੈ ਕਿ ਜਦੋਂ ਕੋਈ ਡੈਡਲੌਕ ਹੋ ਜਾਂਦਾ ਕਿਸੇ ਮੁੱਦਿਆਂ ਦੇ ਉੱਤੇ ਸਰਕਾਰਾਂ ਦੇ ਦਰਮਿਆਨ ਤੇ ਜਿਹੜੇ ਲੋਕ ਸੰਘਰਸ਼ ਕਰਦੇ ਉਹਨਾਂ ਦੇ ਦਰਮਿਆਨ ਡੈਡਲੌਕ ਹੋ ਜਾਂਦਾ ਤੇ ਜਿਹੜਾ ਲੋਕਤੰਤ੍ਰਿਕ ਤਰੀਕਾ ਵਾ ਡੈਮੋਕਰੈਟਿਕ ਉਹਦਾ ਸੋਲੂਸ਼ਨ ਹੈਗਾ ਉਸ ਨੂੰ ਕਹਿੰਦੇ ਨੇ ਰਿਫਰੈਂਡਮ ਅੱਜ ਕੀ ਹੋ ਰਿਹਾ ਕਿ ਕਿਸਾਨ ਜਥੇਬੰਦੀਆਂ ਕਈ ਮਹੀਨਿਆਂ ਦੀਆਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਤੇ ਜਦੋਂ ਭਾਜਪੀ ਦੀ ਸਰਕਾਰ ਤੇ ਮੋਦੀ ਸਰਕਾਰ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਆਪਣਾ ਜਿਹੜਾ ਅੰਦੋਲਨ ਸੀਗਾ ਉਹ ਦਿੱਲੀ ਜਾ ਕੇ ਪਹੁੰਚ ਗਏ। ਔਰ ਜਿਸ ਢੰਗ ਦੇ ਨਾਲ ਉਹ ਦਿੱਲੀ ਪਹੁੰਚੇ ਜਿਸ ਬਹਾਦਰੀ ਦੇ ਨਾਲ ਔਰ ਪਿਛਲੇ ਕਾਫੀ ਦਿਨਾਂ ਤੋਂ ਉਹ ਦਿੱਲੀ ਦੇ ਵਿੱਚ ਬਾਰਡਰ ਦੇ ਬਾਹਰ ਸ਼ਾਂਤਮਈ ਢੰਗ ਦੇ ਨਾਲ ਬੈਠੇ ਨੇ। ਇਹ ਇੰਨੇ ਜਜ਼ਬਾਤਾਂ ਦੇ ਬਾਵਜੂਦ ਪੰਜਾਬ ਦੀ ਵਿਧਾਨ ਸਭਾ ਪੂਰਾ ਮਤਾ ਪਾਸ ਕਰ ਦਿੰਦੀ ਆ ਪੌਣੇ 3 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਕਾਨੂੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਆ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਮੋਦੀ ਸਾਹਿਬ ਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਚਾਹੇ ਉਹਨਾਂ ਨੇ ਗੱਲਬਾਤ ਕੀਤੀ ਆ ਪੰਜ ਚਾਰ ਵਾਰੀ ਪੰਜ ਛੇ ਦੌਰ ਦੀ ਗੱਲਬਾਤ ਕੀਤੀ ਲੇਕਿਨ ਉਹ ਬਿਸਟਾ ਨਿਕਲੀ ਆ ਔਰ ਅਫਸੋਸਨਾਕ ਇਹ ਗੱਲ ਆ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਪ ਅੱਜ ਤੱਕ ਵਜਾਹਤ ਕਰ ਰਹੇ ਨੇ ਕਿ ਜਿਹੜੇ ਕਾਨੂੰਨ ਬਣਾਏ ਨੇ ਅਸੀਂ ਬਹੁਤ ਅੱਛੇ ਨੇ ਕਿਸਾਨਾਂ ਦੇ ਵਾਸਤੇ ਕੱਲ ਉਹਨਾਂ ਨੇ ਇੱਕ ਇੰਡਸਟਰੀ ਦੇ ਫਿੱਕੀ ਦੇ ਫੋਰਮ ਦੇ ਉੱਤੇ ਜਾ ਕੇ ਇੱਕ ਵਾਰ ਫਿਰ ਕਿਹਾ ਕਿ ਇਹ ਜਿਹੜੇ ਕਾਨੂੰਨ ਬਣਾਏ ਨੇ ਅਸੀਂ ਕਿਸਾਨ ਹਤੈਸ਼ੀ ਨੇ ਤੇ ਦੇਸ਼ ਨੂੰ ਤੇ ਕਿਸਾਨਾਂ ਨੂੰ ਉਹਦੇ ਨਾਲ ਲਾਭ ਹੋਵੇਗਾ ਜਦ ਕਿ ਪੰਜਾਬ ਤੇ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੇ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਹਾਹਾਕਾਰ ਮੱਚੀ ਹੋਈ ਆ ਇੱਥੋਂ ਤੱਕ ਕਿ 11 ਕਿਸਾਨ ਇਸ ਅੰਦੋਲਨ ਵਿੱਚ ਮਾਰੇ ਜਾ ਚੁੱਕੇ ਨੇ ਤੋਂ ਸਾਰੀਆਂ ਗੱਲਾਂ ਦਾ ਨਰਾਦਰ ਕਰਦਿਆਂ ਹੋਇਆਂ ਸਭ ਜਮਹੂਰੀ ਢੰਗ ਤਰੀਕਿਆਂ ਨੂੰ ਛਿੱਕੇ ਤੇ ਟੰਗਦਿਆਂ ਹੋਇਆਂ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਬਜਿੱਦ ਹੋਏ ਹੋਏ ਨੇ ਹੁਣ ਜਦੋਂ ਇਹੋ ਜਿਹੇ ਹਾਲਾਤ ਹੋਣ ਪੈਦਾ ਕਿ ਸਰਕਾਰ ਆਪਣੇ ਸਟੈਂਡ ਤੇ ਅੜ ਜੇ ਤੇ ਜਿਹੜੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਤੇ ਨੌਜਵਾਨ ਉਹ ਤਾਂ ਪਿੱਛੇ ਹਟਣ ਵਾਲੇ ਨਹੀਂਗੇ ਉਹ ਤਾਂ 6-6 ਮਹੀਨੇ ਦਾ ਰਾਸ਼ਨ ਲੈ ਕੇ ਗਏ ਹੁਣ ਇਸ ਗੱਲ ਦਾ ਫਿਰ ਹੱਲ ਇੱਕੋ ਇੱਕ ਡੈਮੋਕਰੈਟਿਕ ਤਰੀਕਾ ਅੱਜ ਦੇ ਯੁੱਗ ਵਿੱਚ ਉਹ ਰੈਫਰੈਂਡਮ ਦੇ ਰਾਹੀਂ ਪੰਜਾਬ ਦੇ ਵਿੱਚ ਅਗਰ ਕੇਂਦਰ ਸਰਕਾਰ ਜਜ਼ਬਾਤ ਵਾਕਈ ਲੋਕਾਂ ਦੇ ਜਾਣਨਾ ਚਾਹੁੰਦੀ ਉਹ ਕਹਿੰਦੀ ਕਿ ਬਹੁਤ ਚੰਗਾ ਤੁਹਾਡੇ ਲਈ ਅਸੀਂ ਕਹਿੰਦੇ ਸਾਡੇ ਲਈ ਬਹੁਤ ਮਾੜਾ ਵਾ ਤਾਂ ਪੰਜਾਬ ਜਾਂ ਹਰਿਆਣਾ ਆਲਸੋ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਇੱਕ ਰੈਫਰੈਂਡਮ ਕਰਾਇਆ ਜਾਵੇ ਇੱਕ ਵੋਟ ਪੁਆਈ ਜਾਵੇ ਔਰ ਜਿਹੜਾ ਵੋਟ ਜਿੱਤ ਜੇਗਾ ਉਸੀ ਇਸ ਉਹਨੀਆਂ ਮੰਗਾ ਪ੍ਰਵਾਨ ਹੋ ਜਾਣੇ ਤੇ ਜੇ ਭਾਜਪਾ ਪੰਜਾਬ ਦੇ ਵਿੱਚ ਜਿੱਤ ਜਾਂਦੀ ਹੈ ਅਸੀਂ ਸਹਿਕਾਰ ਕਰ ਲਾਂਗੇ ਕਿ ਅਸੀਂ ਇਹ ਕਾਨੂੰਨ ਸਾਡੇ ਉੱਤੇ ਲਾਗੂ ਕੀਤੇ ਜਾਣ ਪਰ ਜੇ ਪੰਜਾਬ ਦੇ ਲੋਕ ਫਤਿਹ ਪਾਉਂਦੇ ਨੇ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਜੇ ਅਸੀਂ ਰੈਫਰੈਂਡਮ ਜਿੱਤਦੇ ਹਾਂ ਤੇ ਫਿਰ ਮੋਦੀ ਸਰਕਾਰ ਨੂੰ ਤੇ ਭਾਜਪਾ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਔਰ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਗਈ ਇਹ ਬਹੁ ਗਿਣਤੀ ਦਾ ਫੈਸਲਾ ਹੋਵੇਗਾ ਇਹਦੇ ਚ ਅੱਜ ਜੇ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਰਾਜ ਕਰ ਰਹੇ ਨੇ ਦੇਸ਼ ਦੇ ਤੇ ਬਹੁ ਗਿਣਤੀ ਦੇ ਫੈਸਲੇ ਨਾ ਕਰ ਰਹੇ ਨੇ ਨਾ ਸੋ ਡੈਮੋਕਰੇਸੀ ਦਾ ਮੋਡਲਾ ਸੂਲ ਹੈ ਕਿ ਜੋ ਲੋਕ ਚਾਹੁੰਦੇ ਨੇ ਸਰਕਾਰਾਂ ਨੂੰ ਉਸ ਅਨੁਕੂਲ ਕੰਮ ਕਰਨਾ ਚਾਹੀਦਾ ਪਰ ਅੱਜ ਸਾਡੀ ਸਰਕਾਰ ਇੱਕ ਅਨਡੈਮੋਕਰੈਟਿਕ ਤਰੀਕੇ ਨਾਲ ਕੰਮ ਕਰ ਰਹੀ ਹੈ ਫੌਜ ਪੈਰਾਮਿਲਟਰੀ ਫੋਰਸਸ ਤੇ ਸਾਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਪਰ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਚ ਜਿਹੜੇ ਵਸਤੇ ਨੇ ਲੋਕ ਜਾਣਦੇ ਨੇ ਕਿ ਪੰਜਾਬੀਆਂ ਦਾ ਤੇ ਸਿੱਖਾਂ ਦਾ ਬੜਾ ਗੌਰਵਮਈ ਇਤਿਹਾਸ ਹੈ ਇਹ ਇਦਾਂ ਨਾ ਤਾਂ ਝੁਕਣ ਵਾਲੇ ਨੇ ਤੇ ਨਾ ਹੋਏ ਡਰਨ ਵਾਲੇ ਨੇ ਸੋ ਇਸ ਦਾ ਬੜਾ ਅੱਛਾ ਹੱਲ ਇੱਕ ਡੈਮੋਕਰੈਟਿਕ ਤਰੀਕਾ ਹੈ ਕਿ ਅਸੀਂ ਰਿਫਰੈਂਡਮ ਰਾਹੀਂ ਇਸ ਮਸਲੇ ਦਾ ਹੱਲ ਕੱਢ ਲਈਏ ਔਰ ਰਿਫਰੈਂਡਮ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਬਹੁਤ ਪ੍ਰਚਲਿਤ ਸਿਸਟਮ ਹੈ ਜਿਹੜੇ ਲੋਕ ਆਪਣੇ ਹੀ ਪੰਜਾਬੀ ਭਰਾ ਭੈਣ ਸਾਰੇ ਅੱਛੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ ਕਿਊਬਿਕ ਸਟੇਟ ਹੈ ਕੈਨੇਡਾ ਦੀ ਉੱਥੇ ਤਿੰਨ ਵਾਰ ਰਿਫਰੈਂਡਮ ਹੋ ਚੁੱਕਾ ਵਾ ਤਿੰਨ ਵਾਰ ਜਿਹੜੇ ਫ੍ਰੈਂਚ ਡੋਮੀਨੇਟਿਡ ਏਰੀਆਸ ਸੀ ਜਿਹੜੀ ਫ੍ਰੈਂਚ ਡੋਮੀਨੇਟਿਡ ਪੀਪਲ ਆ ਉਹ ਆਜ਼ਾਦ ਦੇਸ਼ ਚਾਹੁੰਦੇ ਸੀ ਕੈਨੇਡਾ ਤੋਂ ਬਾਹਰ ਜਿਹੜਾ ਅ ਕਯੂਬਿਕ ਸਟੇਟ ਪਰ ਤਿੰਨੇ ਵਾਰੀ ਉਹ ਬਹੁਤ ਥੋੜੀ ਜੀ ਮਾਤਰਾ ਦੇ ਨਾਲ ਜਿਹੜੇ ਆਜ਼ਾਦੀ ਮੰਗਦੇ ਸੀ ਜਿਹੜੀ ਫ੍ਰੈਂਚ ਇੰਡੀਪੈਂਡੈਂਟ ਕੰਟਰੀ ਮੰਗਦੇ ਸੀਗੇ ਉਹ ਹਾਰ ਜਾਂਦੇ ਰਹੇ ਤੇ ਜਦੋਂ ਇੱਕ ਜੈਲਸ ਟੰਗ ਦੇ ਨਾਲ ਇੱਕ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਕੋਈ ਵੋਟ ਪੈਂਦੀ ਆ ਤੇ ਉਹਦੇ ਚੋਂ ਇੱਕ ਪੱਖ ਜਿੱਤਦੀ ਹੈ ਇੱਕ ਪੱਖ ਹਾਰਦੀ ਹੈ ਤਾਂ ਉਹ ਜਿਹੜੇ ਹਾਰ ਹਾਰਨ ਵਾਲੇ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਸਾਡੇ ਚੋਂ ਬਹੁਤ ਗਿਣਤੀ ਹਲੇ ਵੀ ਕੈਨੇਡਾ ਦਾ ਹਿੱਸਾ ਬਣ ਕੇ ਰਹਿਣਾ ਚਾਹੁੰਦੇ ਸੋ ਦੇਰਫੋਰ ਇਟਸ ਪਰਫੈਕਟਲੀ 올 ਰਾਈਟ ਕੈਟਲਿਨਾ ਕੈਟਲਨੀਆ ਸਪੇਨ ਦੇ ਵਿੱਚ ਹੁਣੇ ਬਹੁਤ ਵੱਡੇ ਪੱਧਰ ਦੇ ਉੱਤੇ ਬਗਾਵਤ ਉੱઠી ਉੱਥੇ ਵੀ ਰੈਫਰੈਂਡਮ ਜਿਹੜਾ ਹੈ ਕਰਾਇਆ ਗਿਆ ਔਰ ਵੈਸੀ ਵੀ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਪੀਸਫੁਲ ਤਰੀਕੇ ਨਾਲ ਸ਼ਾਂਤਮਈ ਢੰਗ ਦੇ ਨਾਲ ਰੈਫਰੈਂਡਮ ਰਾਹੀਂ ਮੁੱਦਿਆਂ ਨੂੰ ਸੈਟਲ ਕੀਤਾ ਜਾ ਸਕਦਾ ਪਹਿਲਾਂ ਕਿਸੇ ਜ਼ਮਾਨੇ ਜਦੋਂ ਡੈਮੋਕ੍ਰੇਸੀ ਨਹੀਂ ਸੀਗੀ ਤਾਂ ਉਦੋਂ ਜ਼ੋਰ ਅਜਮਾਈ ਹੁੰਦੀ ਸੀਗੀ ਕਤਰੋਗਾਰਤ ਹੁੰਦੀ ਸੀਗੀ ਤੇ ਖੂਨ ਖਰਾਬਾ ਹੁੰਦਾ ਸੀਗਾ ਪਰ ਹੁਣ ਸਾਡੇ ਕੋਲ ਡੈਮੋਕ੍ਰੇਸੀ ਵਿੱਚ ਇੱਕ ਵਾਜਬ ਤਰੀਕਾ ਹੈ ਇਸ ਲਈ ਮੇਰੀ ਇਹ ਕੇਂਦਰ ਸਰਕਾਰ ਨੂੰ ਅਪੀਲ ਕਹ ਲਓ ਯਾ ਉਹਨਾਂ ਨੂੰ ਚੁਣੌਤੀ ਕਹਿ ਲੋ ਕਿ ਜੇ ਤੁਸੀਂ ਵਾਕਈ ਕਹਿੰਦੇ ਹੋ ਕਿ ਸਾਡੇ ਜਿਹੜੇ ਬਣਾਏ ਹੋਏ ਕਾਨੂੰਨ ਬਹੁਤ ਚੰਗੇ ਨੇ ਪੰਜਾਬ ਦੇ ਵਾਸਤੇ ਕਿਸਾਨਾਂ ਲਈ ਤੁਸੀਂ ਰੈਫਰੈਂਡਮ ਕਰਾ ਲਓ ਪੰਜਾਬ ਦੇ ਵਿੱਚ ਵੋਟ ਪਵਾ ਲਓ ਜਿਹੜੀ ਧਿਰ ਜਿੱਤ ਜਵੇਗੀ ਉਹਦੀ ਮੰਗ ਨੂੰ ਤੁਸੀਂ ਸਵੀਕਾਰ ਕਰ ਲਿਓ ਔਰ ਇਸ ਤੋਂ ਪਹਿਲਾਂ ਮੈਂ ਕਾਫੀ ਵਾਰੀ ਕਹਿ ਚੁੱਕਾ ਹਾਂ ਕਿ ਜਿਹੜੇ ਪਾਰਲੀਮੈਂਟ ਲਾਜ਼ ਬਣਾਉਂਦੀ ਆ ਉਹ ਬੇਸਿਕਲੀ ਉਹਨਾਂ ਦਾ ਮਕਸਦ ਤੇ ਹੀ ਹੁੰਦਾ ਨਾ ਕਿ ਉਹ ਸਾਡੇ ਦੇਸ਼ ਦੇ ਹਿੱਤ ਵਿੱਚ ਬਣਨ ਤੇ ਜਦੋਂ ਕੋਈ ਕਾਨੂੰਨ ਕਿਸੇ ਸਟੇਟ ਨੂੰ ਪਰਵਾਹ ਨਹੀਂ ਕਰਦਾ ਕਿਉਂਕਿ ਸਾਡਾ ਦੇਸ਼ ਕੋਤ ਡਾਇਵਰਸ ਕੰਟਰੀ ਆ ਦੇ ਵੱਖ-ਵੱਖ ਧਰਮ ਨੇ ਵੱਖ-ਵੱਖ ਪਛਾਵਾਂ ਨੇ ਵੱਖ-ਵੱਖ ਪਹਿਰਾਵਾ ਵਾ ਔਰ ਵੱਖ-ਵੱਖ ਸਭਿਆਚਾਰ ਹੈ ਅੱਜ ਤੋਂ ਪਹਿਲਾਂ ਆ ਆਰਟੀਕਲ 370 ਜੰਮੂ ਕਸ਼ਮੀਰ ਨੂੰ ਇੱਕ ਗਾਰੰਟੀ ਦਿੰਦਾ ਸੀਗਾ ਕਿ ਜਿਹੜੇ ਵੀ ਕਾਨੂੰਨ ਉਹਨਾਂ ਨੂੰ ਨਹੀਂ ਸੀ ਪਸੰਦ ਉਹ ਜੰਮੂ ਕਸ਼ਮੀਰ ਦੇ ਵਿੱਚ ਲੋਕ ਸਭਾ ਵੱਲੋਂ ਬਣਾਏ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਕਾਨੂੰਨ ਉਹਨਾਂ ਤੇ ਲਾਗੂ ਨਹੀਂ ਸੀ ਕੀਤੇ ਜਾਂਦੇ ਔਰ ਆਰਟੀਕਲ 371 ਕਨਸਟੀਟਿਊਸ਼ਨ ਦਾ ਕਲੌਜ਼ A ਤੋਂ ਲੈ ਕੇ ਕਲੌਜ਼ I ਤੱਕ ਅੱਜ ਵੀ 10 ਸਟੇਟਸ ਜਿਹੜੀਆਂ ਨੇ ਮਹਾਰਾਸ਼ਟਰ ਸਮੇਤ મોદી ਸਾਹਿਬ ਦੀ ਆਪਣੀ ਸਟੇਟ ਗੁਜਰਾਤ ਸਮੇਤ ਔਰ ਗੋਆ ਤੇ ਨਾਰਥ-ਈਸਟ ਦੀਆਂ ਕੁਝ ਸਟੇਟਾਂ ਦੇ ਨੂੰ ਲੈ ਦੇ ਨਾਲ ਨਾਲ ਆਰਟੀਕਲ 371 ਉਹਨਾਂ ਸਟੇਟਸ ਨੂੰ ਕੁਝ ਕੇਂਦਰੀ ਕਾਨੂੰਨਾਂ ਤੋਂ ਬਚਾਉਂਦਾ ਵਾ ਇਸ ਕਰਕੇ ਕੋਈ ਥੋੜਾ ਹੈ ਕਿ ਜੇ ਪਾਰਲੀਮੈਂਟ ਨੇ ਕੋਈ ਫੈਸਲਾ ਕਰਤਾ ਤੇ ਉਹ ਪੱਥਰ ਤੇ ਲਕੀਰ ਬਣ ਗਈ ਹੈ ਅੱਜ ਜੇ ਭਾਜਪਾ ਚਾਵੇ ਆਰਟੀਕਲ 371 ਦਾ ਹਵਾਲਾ ਦੇ ਕੇ ਕਨਸਟੀਟਿਊਸ਼ਨ ਦਾ ਤੇ ਉਹ ਪੰਜਾਬ ਨੂੰ ਤੇ ਹਰਿਆਣਾ ਨੂੰ ਤੇ ਜਿਹੜੀਆਂ ਐਜੀਟੇਟਿੰਗ ਸਟੇਟਸ ਆ ਉਹਨਾਂ ਨੂੰ ਇਸ ਕਾਨੂੰਨ ਤੋਂ ਬਾਹਰ ਰਹਿਣ ਦੇ ਤੇ ਬਾਕੀ ਸਾਰੇ ਦੇਸ਼ ਵਿੱਚ ਜਿਹੜੀਆਂ ਸਟੇਟਸ ਕਹਿੰਦੀਆਂ ਨੇ ਕਿ ਸਾਡੇ ਲਈ ਕਾਨੂੰਨ ਬਹੁਤ ਅੱਛਾ ਉੱਥੇ ਲਾਗੂ ਕਰ ਦਿਓ ਨਾਲੇ ਸਾਨੂੰ ਅਗਲੇ 2-3-4 ਸਾਲਾਂ ਵਿੱਚ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਮਾਡਲ ਹੈ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਤੁਸੀਂ ਆ ਕੰਟ੍ਰੈਕਟ ਫਾਰਮਿੰਗ ਦੇਣਾ ਚਾਹੁੰਦੇ ਹੋ ਏਪੀਐਮਸੀ ਨੂੰ ਅਬੋਲਿਸ਼ ਕਰਨਾ ਚਾਹੁੰਦੇ ਹੋ ਏਸੈਂਸ਼ੀਅਲ ਕਮੋਡਿਟੀਜ਼ ਨੂੰ ਅਬੋਲਿਸ਼ ਕਰਕੇ ਅ ਸਟਾਕਿੰਗ ਜਿਹੜਾ ਸਾਈਲੋਸ ਬਣਾ ਕੇ ਬਹੁਤ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਘਰਾਣੇ ਨੇ ਅੰਬਾਨੀ ਤੇ ਅਡਾਨੀ ਉਹ ਕਿਸੇ ਵੀ ਚੀਜ਼ ਨੂੰ ਬਹੁਤ ਵੱਡੀ ਮਾਤਰਾ ਵਿੱਚ ਇਕੱਠਾ ਕਰਕੇ ਵੇਚ ਸਕਦੇ ਨਾ ਨਾਲੇ ਸਾਨੂੰ ਪਤਾ ਲੱਗ ਜਾਊਗਾ ਕਿ ਇਹਦਾ ਇਕਨੋਮਿਕ ਆਉਟਪੁੱਟ ਤੇ ਇਕਨੋਮਿਕ ਇੰਪੈਕਟ ਕੀ ਹੈ ਇਸ ਕਰਕੇ ਮੈਂ ਦੁਬਾਰਾ ਦੁਬਾਰਾ ਮੇਰੀ ਇਸ ਕੇਂਦਰ ਸਰਕਾਰ ਨੂੰ ਔਰ ਆਪਣੇ ਆਗੂਆਂ ਨੂੰ ਵੀ ਜਿਹੜੇ ਬੀਕੇਯੂ ਦੇ ਸਾਡੇ ਸਤਕਾਰਯੋਗ ਆਗੂ ਜਿਹੜੇ ਮੂਵਮੈਂਟ ਨੂੰ ਲੀਡ ਕਰ ਰਹੇ ਨੇ ਮੇਰੀ ਉਹਨਾਂ ਨੂੰ ਵੀ ਇਹ ਕਿਹਾਇਆ ਤੇ ਤੁਸੀਂ ਜਿਹੜੀਆਂ ਟਾਕਸ ਕਰਦੇ ਹੋ ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਰੱਖ ਦਿਓ ਕਿ ਇਹ ਸਾਰੀ ਗੱਲ ਦਾ ਪਰਮਨੈਂਟ ਪੀਸਫੁਲ ਸੋਲੂਸ਼ਨ ਜਿਹੜਾ ਉਹ ਰੈਫਰੈਂਡਮ ਰਾਹੀਂ ਲੱਭਿਆ ਜਾਵੇ ਔਰ ਮੈਨੂੰ ਪੂਰਨ ਆਸ ਆ ਕਿ ਬੀਜੇਪੀ ਦੀ ਸਰਕਾਰ ਜਿਹੜੀ ਉਹ ਇਹਦਾ ਜਵਾਬ ਹੀ ਨਹੀਂ ਦੇ ਸਕੇਗੀ ਉਹ ਉਹਨਾਂ ਨੂੰ ਪਤਾ ਵਾ ਕਿ ਜੇ ਅਸੀਂ ਪੰਜਾਬ ਦੇ ਵਿੱਚ ਅੱਜ ਵੋਟ ਪਵਾਉਣੇ ਆ ਤਾਂ ਸਾਡੀ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਵੇਗੀ ਉਹਨਾਂ ਕੋਲ ਕੋਈ ਇਸ ਗੱਲ ਦਾ ਜਵਾਬ ਨਹੀਂ ਹੋਵੇਗਾ ਤੇ ਉਹਦੇ ਕੋਲ ਕੋਈ ਤਰਕ ਨਹੀਂ ਹੋਵੇਗੀ ਤਾਂ ਇਸ ਨਾਲ ਕੀ ਹੁੰਦਾ ਵਾ ਕਿ ਇੱਕ ਵਰਲਡ ਵਾਈਡ ਇੱਕ ਪੋਲੀਟੀਕਲ ਆਰਗੂਮੈਂਟ ਉਹਨੂੰ ਬਲ ਮਿਲਦਾ ਆਪਣੀ ਫਾਰਮਰਸ ਐਜੀਟੇਸ਼ਨ ਨੂੰ ਵਰਲਡਵਾਈਡ ਇਹ ਬਲ ਮਿਲੇਗਾ ਜਦ ਸਾਰਾ ਇੰਟਰਨੈਸ਼ਨਲ ਮੀਡੀਆ ਕਹੇਗਾ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਬਹੁਤ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਪੋਜ਼ਲ ਰੱਖ ਦਿੱਤੀ ਆ ਕਿ ਵੋਟ ਪਵਾ ਲੋ ਪੰਜਾਬ ਦੇ ਵਿੱਚ ਅਸੀਂ ਹਰਗੇ ਅਸੀਂ ਸਵੀਕਾਰ ਕਰ ਲਾਂਗੇ ਇਹਦੇ ਚ ਇਸ ਇਸ ਤੋਂ ਬਾਅਦ ਅਕੇ ਉਹਨਾਂ ਦੇ ਕੋਲ ਗਵਰਨਮੈਂਟ ਕੋਲ ਕੋਈ ਜਵਾਬ ਕੀ ਕਹਿੰਦੇ ਹੁੰਦੇ ਕਿ ਲਿਜਿਟਿਮੇਟ ਜਾਂ ਲੌਜੀਕਲ ਤਰੀਕੇ ਨਾਲ ਜਵਾਬ ਦੇਣ ਨੂੰ ਉਹਨਾਂ ਦੇ ਕੋਲ ਕੋਈ ਪੁਆਇੰਟ ਬਚੇਗਾ ਨਹੀਂ ਔਰ ਮੈਂ ਬੀਜੇਪੀ ਸਰਕਾਰ ਨੂੰ ਕਹਿਣਾ ਚਾਹਣਾ ਕਿ ਅਗਰ ਤੁਸੀਂ ਕੋਈ ਅ ਫੋਰਸ ਦਾ ਇਸਤੇਮਾਲ ਕੀਤਾ ਕੋਈ ਪੈਰਾਮਿਲਿਟਰੀ ਫੋਰਸਸ ਲਾ ਕੇ ਉਥੋਂ ਧਰਨੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉਹਦਾ ਬਹੁਤ ਭਿਆਨਕ ਸੱਟੇ ਨਿਕਲਣਗੇ ਚਲੋ ਜਾਨੀ ਮਾਲੀ ਨੁਕਸਾਨ ਤਾਂ ਹੋਊਗਾ ਹੀ ਉਹਦੇ ਕੋਈ ਕਿਉਂਕਿ ਇਹ ਬੰਦੇ ਪਿੱਛੇ ਹਟਣ ਵਾਲੇ ਨਹੀਂਗੇ ਉਥੇ ਸਾਡੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੀ ਪਹੁੰਚੀਆਂ ਹੋਈਆਂ ਪਹਿਲਾਂ ਤੁਹਾਨੂੰ ਉਦੋਂ ਉਹਨਾਂ ਦੇ ਉੱਤੋਂ ਨਹੀਂ ਨਿਕ ਕੇ ਜਾਣਾ ਪਵੇਗਾ ਖੂਨ ਖਰਾਬਾ ਹੋਵੇਗਾ ਔਰ ਇੱਕ ਕਾਲਾ ੱੱੱੱੱੱ ਜਿਹੜਾ ਕਾਲਾ ਤੱਬਾ ਲੱਗਾ ਨਾ ਪਾਰਲੀਮੈਂਟ ਇੰਡੀਅਨ ਡੈਮੋਕ੍ਰੇਸੀ ਤੇ ਕ੍ਰਿਮੀਨਲ ਜਸਟਿਸ ਸਿਸਟਮ ਤੇ ਪਹਿਲਾਂ 36 ਸਾਲ ਪਹਿਲਾਂ ਸਿੱਖਾਂ ਦੇ ਕਤਲੇਆਮ ਦਾ ਦਿੱਲੀ ਵਿੱਚ ਤੇ ਦੇਸ਼ ਵਿੱਚ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਗੁਜਰਾਤ ਦੇ ਦੰਗਿਆਂ ਵਿੱਚ ਗੋਦਰਾ ਬੈਸਟ ਬੇਕਰੀ ਕਾਂਡ ਵਿੱਚ ਮੇਰਟ ਦੇ ਵਿੱਚ ਮਿੱਥ ਕੇ ਜਦੋਂ ਸਟੇਟ ਸਪੌਂਸਰਡ ਰਾਈਟਸ ਕੀਤੇ ਜਾਂਦੇ ਨੇ ਉਹ ਬਹੁਤ ਵੱਡਾ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੱਡੇ ਪੱਧਰ ਤੇ ਉਹਨੂੰ ਪੋਲਿਟিক্যাল ਮੇਨਸਟ੍ਰੀਮ ਚੋਂ ਐਲੇਨੇਟ ਕਰੋਗੇ ਉਹਨੂੰ ਬਾਹਰ ਕੱਢ ਦੇਵੋਗੇ ਤੁਸੀਂ ਔਰ ਸਾਡਾ ਪੰਜਾਬ ਪਹਿਲਾਂ ਇਹ ਭੁਗਤ ਚੁੱਕਾ ਵਾ 1900 ਸੌਰੀ 80 ਦੇ ਦਹਾਕੇ ਦੇ ਵਿੱਚ ਤੇ ਇਮਰਜੈਂਸੀ ਤੋਂ ਬਾਅਦ ਜੋ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਗਈ ਜੋ ਵਿਤਕਰਾ ਕੀਤਾ ਗਿਆ ਔਰ ਜੋ ਅਰਸੇ ਤੋਂ ਵਿਤਕਰਾ ਕੀਤਾ ਗਿਆ ਉਹਦੇ ਬੜੇ ਭਿਆਨਕ ਸਿੱਟੇ ਨਿਕਲੇ ਸੀਗੇ ਔਰ ਬਹੁਤ ਜਾਨਾਂ ਗਈਆਂ ਇਨੋਸੈਂਟ ਲਾਈਫਸ ਵੀ ਗਈਆਂ ਸਾਡੇ ਆਪਣੇ ਨੌਜਵਾਨ ਬਹੁਤ ਮਾਰੇ ਗਏ ਬਹੁਤ ਪੁਲਿਸਵਾਰਾਂ ਨੇ ਉਹਦੇ ਵਿੱਚ ਉਸ ਉਹਦੀ ਆੜ ਵਿੱਚ ਜ਼ੁਲਮ ਕੀਤਾ ਇਸ ਕਰਕੇ ਉਮੀਦ ਕਰਦੇ ਆ ਕਿ ਕੇਂਦਰ ਸਰਕਾਰ ਅ ਫਰਾਕ ਦਿੱਲੀ ਦਿਖਾ ਕੇ ਦੂਰੰਦੇਸ਼ੀ ਦਿਖਾ ਕੇ ਤੇ ਸਾਡੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇਗੀ ਤੇ ਜੇ ਲੱਗਦਾ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਹਾਰ ਹੋਵੇਗੀ ਤੇ ਰੈਫਰੰਡਮ ਇੱਕ ਬਹੁਤ ਨਿਊਟਰਲ ਰਸਤਾ ਵਾ ਇੱਕ ਸਾਂਝਾ ਰਾਹ ਵਾ ਔਰ ਫਿਰ ਮੋਦੀ ਸਾਹਿਬ ਤੇ ਬੀਜੇਪੀ ਵੀ ਕਹਿ ਸਕਣਗੇ ਸਾਰੇ ਦੇਸ਼ ਨੂੰ ਕਿ ਵੀ ਪੰਜਾਬ ਦੇ ਲੋਕਾਂ ਨੇ ਬਹੁ ਗਿਣਤੀ ਵਿੱਚ ਇਹ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਤਾ ਇਸ ਕਰਕੇ ਅਸੀਂ ਉੱਥੇ ਲਾਗੂ ਨਹੀਂ ਕਰ ਸਕਦੇ ਇਹ ਉਹਨਾਂ ਦਾ ਇੱਕ ਫੇਸ ਸੇਵਿੰਗ ਵੀ ਬੀਜੇਪੀ ਦੀ ਹੋਵੇਗੀ ਸੋ ਉਮੀਦ ਕਰਦਾ ਕਿ ਇਸ ਪੁਆਇੰਟ ਨੂੰ ਇਸ ਆਰਗੂਮੈਂਟ ਨੂੰ ਆਪਾਂ ਸਾਰੇ ਮਿਲ ਕੇ ਬਿਲਡ ਕਰਾਂਗੇ ਇਸ ਇਸ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਾਂਗੇ ਤਾਂ ਕਿ ਦਿੱਲੀ ਦੇ ਪਾਵਰ ਕਾਰਿਡੋਰਸ ਵਿੱਚ ਪਹੁੰਚ ਸਕੇ ਸਾਡੇ ਕਿਸਾਨ ਸਤਕਾਰਯੋਗ ਜਥੇਬੰਦੀਆਂ ਦੇ ਕੋਲ ਪਹੁੰਚ ਸਕੇ ਜਿਹੜੇ ਨੌਜਵਾਨ ਤਪਕੇ ਨੂੰ ਕਰ ਰਹੇ ਨੇ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਅੱਛੇ ਅ ਬਿਆਨ ਦਿੰਦੇ ਨੇ ਤੇ ਪਪੂਲਰ ਫੇਸਸ ਨੇ ਮੇਰੀ ਉਹਨਾਂ ਨੂੰ ਵੀ ਅਪੀਲ ਆ ਦੀਪ ਸਿੱਧੂ ਉਹਨਾਂ ਨੂੰ ਅਪੀਲ ਆ ਲੱਖਾ ਸਢਾਣੇ ਨੂੰ ਅਪੀਲ ਆ ਕਿਉਂਕਿ ਉਹ ਨੌਜਵਾਨਾਂ ਨੂੰ ਉੱਥੇ ਬੈਠ ਕੇ ਇੱਕ ਦਿਸ਼ਾ ਤੇ ਇੱਕ ਇੱਕ ਦੇਰੇ ਨੇ ਡਾਇਰੈਕਸ਼ਨ ਦੇ ਰਹੇ ਨੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਪੰਜਾਬ ਨਾਲ ਦਾ ਦੁੱਖ ਤੇ ਦਰਦ ਸਮਝਦੇ ਨੇ ਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤੇ ਵਿੱਚ ਹਿੱਸਾ ਪਾ ਰਹੇ ਨੇ ਤੁਸੀਂ ਰੈਫਰੰਡਮ ਦੀ ਗੱਲ ਨੂੰ ਰੈਫਰੰਡਮ ਦੀ ਡਿਮਾਂਡ ਨੂੰ ਜ਼ਰੂਰ ਉਠਾਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਰਤ ਸਰਕਾਰ ਦੇ ਕੋਲ ਇਹਦਾ ਕੋਈ ਜਵਾਬ ਨਹੀਂ ਹੋਵੇਗਾ ਉਹ ਸ਼ਰਮਿੰਦੇ ਹੋ ਜਾਣਗੇ ਸ਼ਰਮਸਾਰ ਹੋ ਜਾਣਗੇ ਤੇ ਉਹਨਾਂ ਨੂੰ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਅਲਟੀਮੇਟਲੀ ਮੰਨਣੀਆਂ ਪੈਣਗੀਆਂ ਤੇ ਮੰਨਣੀਆਂ ਪੈਣਗੀਆਂ ਸ਼ਾਂਤਮਈ ਢੰਗ ਦੇ ਨਾਲ ਸੋ ਇਹ ਮੇਰੇ ਅੱਜ ਦੇ ਵਿਚਾਰ ਸਨ ਅਗਰ ਠੀਕ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦੂਰ ਤੱਕ ਪਹੁੰਚਾਉਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਾਡੀ ਹਮਦਰਦੀ ਹੈ ਮੈਂ ਪਿੱਛੇ ਵੀ ਜਾ ਕੇ ਆਇਆ ਫਿਰ ਜਾਵਾਂਗੇ ਬਹੁਤ ਜੂਝ ਰਹੇ ਨੇ ਕਿਸਾਨਾਂ ਨੇ ਤੇ ਨੌਜਵਾਨਾਂ ਨੇ ਤੇ ਪੰਜਾਬ ਦੇ ਬਹਾਦਰ ਲੋਕਾਂ ਨੇ ਸਿਰ ਆ ਹਿਲਾ ਦਿੱਤਾ ਬਿਲਕੁਲ ਸਿਰ ਆ ਹਿਲਾ ਦਿੱਤਾ ਦੱਸਤਾ ساری ਦੁਨੀਆ ਨੂੰ ਕਿ ਸਾਡਾ ਪੁਰਾਣਾ ਇਤਿਹਾਸ ਸਾਡਾ ਪਛੋਕੜ ਕੀ ਸੀਗਾ ਸੋ ਉਹਨਾਂ ਨੂੰ ਸਲਾਮ ਤੇ ਸਲੂਟ ਬੈਟ